ਬਾਪੂ ਬਾਰਡਰ ਤੇ ਇਸ ਵੇਲੇ ਮੌਜੂਦ ਆ ਔਰ ਲਗਾਤਾਰ ਜਿਹੜਾ ਧਰਨਾ ਆ ਉਹ ਵੱਧਦਾ ਨਜ਼ਰ ਆ ਰਿਹਾ, ਭਾਵੇਂ ਕਿ ਹਜੇ ਤੱਕ ਹਾਲਾਤ ਥੋੜੇ ਸ਼ਾਂਤੀਪੂਰਵਕ ਨੇ ਪਰ ਜਮਾਵੜਾ ਜਿਹੜਾ ਆ ਉਹ ਸਾਫ਼ ਨਜ਼ਰ ਆ ਰਿਹਾ। ਹੌਲੀ ਹੌਲੀ ਕਰਦੇ ਕਿਸਾਨਾਂ ਦੀ ਤਾਦਾਦ ਜਿੱਦਾਂ ਜਿੱਦਾਂ ਵੱਧਦੀ ਪਈ ਨੇ ਉੱਦਾਂ ਉੱਦਾਂ ਹੀ ਕਿਸਾਨਾਂ ਦੀ ਸਪੋਰਟ ਦੇ ਵਿੱਚ ਵੀ ਲੋਕ ਆਉਂਦੇ ਨਜ਼ਰ ਆ ਰਹੇ ਨੇ। ਮੇਰੇ ਨਾਲ ਫਿਲਹਾਲ ਜੋ ਸ਼ਖਸ ਮੌਜੂਦ ਨੇ ਆਪ ਨਿਹੰਗ ਸਿੰਘ ਨੇ ਔਰ ਉਹਨਾਂ ਦਾ ਮੋਟਰਸਾਈਕਲ ਬਹੁਤ ਸੋਹਣਾ ਆ, ਬੜੀ ਦੂਰੋਂ ਆਏ ਆ, ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕੌਣ ਨੇ ਕਿੱਥੋਂ ਆਏ ਨੇ। ਭਾਈ ਸਾਹਿਬ ਪਹਿਲਾਂ ਆਪਣਾ ਨਾਮ ਦੱਸੋ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਦਾਸ ਦਾ ਨਾਮ ਆ ਉਧਮ ਸਿੰਘ। ਉਧਮ ਸਿੰਘ, ਉਧਮ ਸਿੰਘ ਜੀ ਕਿੱਥੋਂ ਆਏ ਹੋ? ਅਸੀਂ ਬਸ ਇਹਦਾ ਲੋਕਲ ਆ ਜੀ, ਇਹ ਇਲਾਕਾ ਇੱਥੋਂ 50-60 ਕਿਲੋਮੀਟਰ ਅੱਗੇ ਜਮੁਨਾ ਨਗਰ ਜ਼ਿਲ੍ਹਾ ਪੈਂਦਾ ਆ ਜੀ, ਜ਼ਿਲ੍ਹਾ ਜਮੁਨਾ ਨਗਰ ਆ ਤੇ ਸਥਾਨ ਹੈਗਾ ਜੀ ਲੋਗੜ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਥਾਨ ਆ। ਸਿੱਖ ਰਾਜ ਦੀ ਪਹਿਲੀ ਰਾਜਧਾਨੀ ਜਿਹੜੀ ਸੀਗੀ ਉਹ ਲੋਗੜ ਸਾਹਿਬ ਸੀਗੀ, ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੀ ਬਣਾਈ ਸੀਗੀ। ਹਾਂਜੀ, ਮੋਟਰਸਾਈਕਲ ਨਿਹੰਗ ਸਿੰਘ ਜੀ ਬੜਾ ਸੋਹਣਾ ਆ, ਤੁਸੀਂ ਇੱਥੇ ਆ ਰਹੇ ਹੋ? ਹਾਂਜੀ, ਇਹ ਉੱਧਰ ਜਿਹੜਾ ਇਲਾਕਾ ਆ ਜੀ ਉੱਥੇ ਰਸਤੇ ਨਹੀਂ ਹੈਗੇ, ਉਹ ਪਹਾੜੀ ਇਲਾਕਾ ਆ, ਮੀਂਹ ਪੈਂਦੇ ਰਸਤੇ ਟੁੱਟ ਜਾਂਦੇ, ਰਸਤੇ ਬਣਦੇ ਵੀ ਨਹੀਂ ਉੱਥੇ। ਉੱਥੇ ਨਦੀਆਂ ਹੈਗੀਆਂ, ਬੜੇ ਬੜੇ ਪੱਥਰ ਹੈਗੇ ਆ ਜੀ, ਤੇ ਉੱਥੇ ਆਮ ਮੋਟਰਸਾਈਕਲਾਂ ਚੱਲਦੀਆਂ ਨਹੀਂ। ਜੇ ਮੈਂ ਗਲਤ ਨਹੀਂ, ਇਹਨੂੰ ਮਾਊਂਟੇਨ ਬਾਈਕ ਕਹਿੰਦੇ ਆ? ਹਾਂਜੀ, ਇਹ ਡਰਟ ਬਾਈਕ ਆ, ਮਾਊਂਟੇਨ ਬਾਈਕ ਆ, ਨਦੀਆਂ 'ਚ ਵੀ ਜਿੱਥੇ ਮਰਜ਼ੀ ਵਾੜ ਦੋ ਲੰਘ ਜਾਂਦੇ ਆ। ਅੱਛਾ, ਅੱਛਾ, ਤੁਸੀਂ ਇਹਦੇ 'ਤੇ ਸਫ਼ਰ ਕਰਦੇ ਪਏ ਹੋ? ਹਾਂਜੀ। ਅੱਜ ਤੁਸੀਂ ਕਿਸਾਨਾਂ ਦੀ ਸਪੋਰਟ 'ਚ ਆਏ ਹੋ? ਹਾਂਜੀ ਜੀ। ਅੱਛਾ ਖਾਲਸਾ ਜੀ, ਬਹੁਤ ਸੋਹਣੀ ਤੁਹਾਡੀ ਬਾਈਕ ਹੈਗੀ ਆ, ਤੁਹਾਡਾ ਉਦਮ ਬਹੁਤ ਸੋਹਣਾ, ਤੁਹਾਡਾ ਨਾਮ ਵੀ ਬਹੁਤ ਸੋਹਣਾ ਆ, ਪਰ ਦੂਜੇ ਪਾਸੇ ਜੋ ਹਾਲਾਤ ਇੱਥੇ ਬਣੇ ਹੋਏ ਨੇ ਸ਼ੰਭੂ ਬਾਰਡਰ ਦੇ ਉੱਤੇ, ਤੁਸੀਂ ਹਰਿਆਣੇ ਵੱਲੋਂ ਵੀ ਆਏ ਹੋ, ਤੁਸੀਂ ਉੱਧਰਲੇ ਹਾਲਾਤ ਵੀ ਦੇਖੇ ਨੇ, ਇੱਧਰਲੇ ਵੀ ਦੇਖੇ ਨੇ, ਤੁਸੀਂ ਕੀ ਸੋਚਦੇ ਹੋ ਇਹਨਾਂ ਹਾਲਾਤਾਂ ਬਾਰੇ? ਦੇਖੋ ਜੀ, ਹਾਲਾਤ ਜਿਹੜੇ ਇਹ ਸਰਕਾਰ ਦੀ ਬਣਤਰ ਆ, ਇਹ ਕਿਸਾਨਾਂ ਨੇ ਨਹੀਂ ਹਾਲਾਤ ਬਣਾਏ, ਇਹ ਸਰਕਾਰ ਨੇ ਬਣਾਏ ਹੋਏ ਆ ਜੀ, ਤੇ ਇਹ ਸਰਕਾਰ ਤਾਂ ਪਲਾਂ 'ਚ ਮਸਲੇ ਦਾ ਹੱਲ ਹੋ ਸਕਦਾ ਆ, ਇਹ ਆਪਣੀ ਫੋਰਸ ਚੱਕ ਲਵੇ ਤੇ ਜਿਹੜੇ ਹੱਕ ਆ ਕਿਸਾਨਾਂ ਦੇ ਉਹ ਹੱਕ ਇਹਨਾਂ ਨੂੰ ਦੇ ਦੇਵੇ ਤੇ ਖੁਸ਼ੀ ਵਸੀ ਆਪਣੇ ਕੰਮ ਕਰਨ ਤੇ ਸਾਰਾ ਕੰਮ ਠੀਕ ਠਾਕ ਆ ਜੀ। ਇਹ ਹਾਲਾਤ ਸਰਕਾਰ ਨੇ ਵਿਗਾੜੇ ਹੋਏ ਆ ਜੀ, ਹਾਲਾਤ ਵਿਗੜੇ ਹੋਏ ਆ। ਬਿਲਕੁਲ ਬਿਲਕੁਲ, ਇਹ ਸਵਾਲ ਇੱਥੇ ਖੜਦਾ ਹੈ ਕਿਉਂਕਿ ਕਿਸਾਨ ਸਾਰੇ ਕਹਿੰਦੇ ਨੇ ਕਿ ਅਸੀਂ ਸ਼ਾਂਤੀਪੂਰਵਕ ਆ, ਅਸੀਂ ਕੁਛ ਨਹੀਂ ਕਹਿਣਾ ਚਾਹੁੰਦੇ, ਸਿਰਫ ਜਾ ਕੇ ਗੱਲ ਕਰਨੀ ਚਾਹੁੰਦੇ ਆ, ਤੇ ਸਿਰਫ ਗੱਲ ਕਰਨ ਵਾਸਤੇ ਇੰਨਾ ਵੱਡਾ ਤਾਮਝਾਮ, ਤੁਸੀਂ ਤਾਂ ਉਧਰੋਂ ਵੀ ਦੇਖ ਕੇ ਆਏ ਹੋਣੇ ਹੋ। ਦੇਖੋ ਜੀ, ਜਿਹਨੇ ਗੱਲ ਕਰਨੀ ਹੁੰਦੀ ਆ ਉਹ ਇਦਾਂ ਬੈਰੀਕੇਡ ਨਹੀਂ ਲਾਉਂਦੇ, ਨਾ ਗੋਲੇ ਵਰਸਾਉਂਦੇ, ਨਾ ਮੀਂਹ ਗੋਲੀਆਂ ਦਾ ਮੀਂਹ ਵਰਸਾਉਂਦੇ ਆ। ਜਿਨ੍ਹਾਂ ਨੇ ਗੱਲ ਕਰਨੀ ਹੁੰਦੀ ਉਹ ਤਾਂ ਪ੍ਰੇਮ ਨਾਲ ਗੱਲ ਕਰਦੇ, ਬਹਿ ਕੇ ਗੱਲ ਕਰਦੇ ਹੁੰਦੇ। ਇੱਕ ਪਾਸੇ ਤਾਂ ਇਹ ਕਹਿ ਰਿਹਾ ਵੀ ਸਾਡੇ ਨਾਲ ਗੱਲ ਕਰੋ, ਦੂਜੇ ਪਾਸੇ ਆ ਇਹ ਡਰੋਨ ਚਾੜ ਦਿੰਦੇ ਆ ਇਧਰਲੇ ਪਾਸੇ, ਆਮ ਜਿਹੜੇ ਲੋਕ ਆ ਪਬਲਿਕ ਆ ਇਹ ਜਿਹੜੇ ਕਮੈਂਟਰੀ ਕਰ ਰਹੇ ਆ ਵਿਚਾਰੇ ਵੀਰ, ਇਹ ਦੱਸ ਰਹੇ ਆ ਸਾਰਿਆਂ ਨੂੰ ਜਾਬਤੇ 'ਚ ਰਹੋ, ਇਹਨਾਂ 'ਤੇ ਵੀ ਬੰਬ ਮਾਰਦੇ ਆ, ਪੱਤਰਕਾਰ ਵੀਰਾਂ 'ਤੇ ਬੰਬ ਮਾਰਦੇ ਆ। ਪਹਿਲੇ ਦਿਨ ਭੈਣਾਂ ਪੱਤਰਕਾਰ ਭੈਣਾਂ ਉੱਥੇ ਖੜੀਆਂ ਸੀਗੀਆਂ ਸ਼ਾਰਟ ਲੈਣ ਵਾਸਤੇ, ਉਹਨਾਂ ਨੂੰ ਬੜੀ ਮੁਸ਼ਕਲ ਨਾਲ ਇੱਥੇ ਲੈ ਕੇ ਆਏ ਆ, ਉਹਨਾਂ ਦੇ ਉੱਤੇ ਵੀ ਬੰਬ ਮਾਰੇ ਉਹਨਾਂ ਨੇ, ਇਹ ਬੜਾ ਜ਼ੁਲਮ ਕਰ ਰਹੇ ਆ। ਹਾਂਜੀ, ਇਹ ਹਾਲਾਤ ਇੱਥੇ ਇਸ ਤਰ੍ਹਾਂ ਬਣੇ ਹੋਏ ਨੇ, ਪਰ ਅਜੇ ਤੱਕ ਕਿਸਾਨਾਂ ਦਾ ਇਹੀ ਕਹਿਣਾ ਕਿ ਉਹ ਅੱਗੇ ਜਾਣਗੇ ਜੇ ਗੱਲ ਪੱਲੇ ਪੈਂਦੀ ਹੈ, ਰਿਪੀਟ ਜੇ ਗੱਲ ਸਹੀ ਤਰ੍ਹਾਂ ਜਾਂਦੀ ਹੈ, ਜੇ ਗੱਲ ਸਭ ਵਧੀਆ ਰਹਿੰਦਾ ਆ ਤੇ ਘੱਟੋ ਘੱਟ ਅੱਜ ਇਸ ਮੋਰਚੇ ਨੂੰ ਭਾਵੇਂ ਉਰੇ ਖਤਮ ਕੀਤਾ ਜਾਵੇ, ਪਰ ਇਸ ਤੋਂ ਬਾਅਦ ਅੱਗੇ ਜਾਇਆ ਜਾ ਸਕਦਾ ਹੈ ਜੇ ਗੱਲ ਅੜ ਜਾਂਦੀ ਹੈ। ਤੁਹਾਨੂੰ ਲੱਗਦਾ ਕਿ ਗੱਲ ਜੇ ਅੜਦੀ ਹੈ ਤੇ ਤੁਸੀਂ ਉਹਨਾਂ ਦੇ ਨਾਲ ਨਾਲ ਹੀ ਚੱਲੋਗੇ ਕਿ ਇੱਥੇ ਤੱਕ ਹੀ ਤੁਹਾਡਾ ਸਫ਼ਰ? ਦੇਖੋ ਜੀ, ਗੱਲ ਅੜੀ ਹੋਈ ਆ ਤੇ ਅੜੀ ਰਹਿਣੀ ਆ, ਜਦੋਂ ਤੱਕ ਪੰਜਾਬ ਤੇ ਦਿੱਲੀ ਦੀ ਹੋਂਦ ਵੱਖਰੀ ਆ ਨਾ ਜੀ, ਇਹ ਉਦੋਂ ਤੱਕ ਅੜੀ ਰਹਿਣੀ ਆ ਗੱਲ। ਜਦੋਂ ਤੱਕ ਦਿੱਲੀ ਪੰਜਾਬ ਦਾ ਹਿੱਸਾ ਨਹੀਂ ਬਣਦਾ, ਸਾਡਾ ਰਾਜ ਪ੍ਰਬੰਧ ਜਿਹੜਾ ਕਿਸਾਨਾਂ ਦੇ ਹੱਥਾਂ 'ਚ ਨਹੀਂ ਜਾਂਦਾ, ਉਦੋਂ ਤੱਕ ਗੱਲ ਇਹ ਅੜੀ ਰਹਿਣੀ ਹੈ। ਦਿੱਲੀ ਨੂੰ ਪੰਜਾਬ ਦਾ ਹਿੱਸਾ ਬਣਾਉਣ ਵਾਲੀ ਤੁਸੀਂ ਗੱਲ ਕੀਤੀ ਹੈ, ਬੜੀ ਅੱਜ ਕੱਲ੍ਹ ਦੇ ਹਾਲਾਤਾਂ ਨੂੰ ਲੈ ਕੇ ਬੜੀ ਅਜੀਬ ਗੱਲ ਮੰਨੀ ਜਾ ਸਕਦੀ ਹੈ, ਪਰ ਇਹ ਤੁਸੀਂ ਸਟੇਟਮੈਂਟ ਕਿਉਂ ਦਿੱਤੀ ਮੈਨੂੰ ਇਹ ਜ਼ਰੂਰ ਦੱਸਿਓ। ਇਹ ਦੇਖੋ ਜੀ, ਅਜੀਬ ਗੱਲ ਨਹੀਂ ਹੈਗੀ, ਇਹ ਅੱਜ ਦੇ ਹਾਲਾਤਾਂ 'ਤੇ ਸਹੀ ਟੁੱਕਦੀ ਹੈ ਬਿਲਕੁਲ ਗੱਲ। ਅਨੈਰਕੀ ਹੋ ਰਹੀ ਹੈ ਜੀ, ਲੋਕ ਨਾ ਖੁਸ਼ ਹੈ ਸਰਕਾਰਾਂ ਤੋਂ,
ਹਰ ਇੱਕ ਤਬਕਾ ਭਾਵੇਂ ਟਰੱਕ ਡਰਾਈਵਰ ਹੋਣ, ਵਪਾਰੀ ਹੋਣ, ਮਜ਼ਦੂਰ ਹੋਣ, ਹਰ ਕੋਈ ਬੰਦਾ ਨਾ ਖੁਸ਼ ਆ ਜੀ। ਤੇ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਨੇ ਆਪਣਾ ਰਾਜ ਪ੍ਰਬੰਧ ਸਾਂਭਿਆ ਹੋਇਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ, ਆਹ ਦੇਖੋ ਤੁਸੀਂ ਨਿਸ਼ਾਨ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜਾ ਰਾਜ ਸੀਗਾ ਉਹ ਪੰਜਾਬੀਆਂ ਨੇ ਹੰਢਾਇਆ ਹੋਇਆ, ਵੇਖਿਆ ਹੋਇਆ, ਉਹਦੇ ਵਿੱਚ ਕਿੰਨਾ ਸੁੱਖ ਸੀਗਾ, ਕਿੰਨੀ ਭਾਈਵਾਲਤਾ ਸੀ। ਅੱਜ ਤਾਂ ਭਰਾ ਭਰਾ ਦੇ ਨਾਲ ਲੜੀ ਜਾ ਰਿਹਾ, ਉਦੋਂ ਕਮਿਊਨਿਟੀਆਂ ਆਪਸ 'ਚ ਰਹਿੰਦੀਆਂ ਸੀਗੀਆਂ ਜੀ, ਮਸਜਿਦਾਂ ਬਣਦੀ ਸੀਗੀਆਂ, ਮੰਦਿਰ ਬਣਦੇ ਸੀ, ਇਕੁਅਲ ਰਾਈਟ ਸੀ ਸਾਰਿਆਂ ਨੂੰ, ਹਰ ਇੱਕ ਬੰਦਾ ਜਿਹੜੇ ਬਰਾਬਰ ਦਾ ਹੱਕ ਸੀ ਉਹਨੂੰ। ਇਹ ਅੱਜ ਦੀ ਸਰਕਾਰਾਂ ਜਿਹੜੀਆਂ ਆ ਵਿਤਕਰਾ ਬਹੁਤ ਕਰਦੀਆਂ, ਜ਼ੁਲਮ ਬਹੁਤ ਕਰਦੀਆਂ ਹਰ ਇੱਕ ਤਬਕੇ ਨਾਲ। ਇਹ ਇਕੱਲੇ ਸਿੱਖਾਂ ਦੀ ਗੱਲ ਨਹੀਂ, ਹਿੰਦੂਆਂ 'ਤੇ ਵੀ ਬਰਾਬਰ ਜ਼ੁਲਮ ਹੋ ਰਿਹਾ। ਵੀ ਗੱਲ ਇਹ ਆ ਵੀ ਪੰਜਾਬ ਦੇ ਲੋਕ ਜਿਹੜੇ ਅਣਖੀ ਆ ਉਹ ਜ਼ੁਲਮ ਸਹਿੰਦੇ ਨਹੀਂ, ਉਹ ਹਿੰਦੂ ਵਿਚਾਰੇ ਬੋਲਦੇ ਨਹੀਂ, ਜਿੱਦਾਂ ਉਹਨਾਂ ਨੂੰ ਕਹਿੰਦੇ ਉੱਦਾਂ ਹੀ ਨਾਰੇ ਲਾ ਦਿੰਦੇ ਆ, 100-100 ਰੁਪਈਏ ਉਹਨਾਂ ਦੇ ਜੇਬ 'ਚ ਪਾ ਦੇਣਾ, ਉਹਨਾਂ ਨੇ ਮੋਦੀ ਮੋਦੀ ਕਰੀ ਜਾਣੀ ਆ। ਇਹ ਗੱਲ ਇੱਥੇ ਹੀ ਜੀ। ਅੱਛਾ, ਜੇ ਕਿਸਾਨ ਇਸ ਬਾਰਡਰ ਤੋਂ ਗਾਂਹ ਵੱਧਦੇ ਆ, ਤੁਸੀਂ ਨਾਲ ਨਾਲ ਤੁਰੋਗੇ ਆਪਣੇ ਮੋਟਰਸਾਈਕਲ ਦੇ ਨਾਲ? ਬਿਲਕੁਲ ਜਾਵਾਂਗੇ ਜੀ, ਨਾਲ ਨਾਲ ਦਿੱਲੀ ਤੱਕ। ਜਦੋਂ ਤੱਕ ਕਿਸਾਨ ਸੜਕਾਂ ਤੇ ਰਹੂਗਾ ਅਸੀਂ ਉਹਨਾਂ ਦੀ ਪ੍ਰੋਟੈਕਸ਼ਨ 'ਚ ਨਾਲ ਰਵਾਂਗੇ। ਅੱਛਾ, ਤੁਸੀਂ ਸਾਰਾ ਸਾਜ਼ੋ ਸਮਾਨ ਨਾਲ ਲੈ ਕੇ ਚੱਲੇ ਹੋਏ ਹੋ? ਇਹ ਹਮੇਸ਼ਾ ਹੀ ਨਾਲ ਰਹਿੰਦਾ ਜੀ। ਅੱਛਾ, ਇਹ ਹੁਣ ਕਿਸਾਨੀ ਕਰਕੇ ਅਲੱਗ ਨਹੀਂ ਹੈਗਾ, ਇਹ ਜਿੱਥੇ ਵੀ ਆਪਾਂ ਚੱਲਦੇ ਆਪਾਂ ਨਾਲ ਤਿਆਰ ਬਰ ਤਿਆਰ ਹੋ ਕੇ ਚੱਲਦੇ ਹਾਂ। ਯਾਨੀ ਮਤਲਬ ਇਹ ਕਿਹਾ ਜਾ ਸਕਦਾ ਤੁਸੀਂ ਹਮੇਸ਼ਾ ਭ੍ਰਮਣ ਹੀ ਕਰਦੇ ਰਹਿੰਦੇ ਹੋ? ਹਾਂਜੀ, ਚੱਕਰਵਰਤੀ ਰਹਿੰਦੀ ਹੈ ਜੀ, ਚੱਕਰਵਰਤੀ ਰਹਿੰਦੇ ਹੋ। ਬਿਲਕੁਲ, ਤੇ ਨਿਹੰਗ ਸਿੰਘ ਕਹਿੰਦੇ ਨੇ ਕਿ ਉਹ ਨਾਲੋ ਨਾਲ ਚੱਲਦੇ ਰਹਿਣਗੇ, ਚੱਕਰਵਰਤੀ ਵਤੀਰਾ ਜਿਹੜਾ ਹੈਗਾ ਆ ਉਹ ਕਿਸਾਨਾਂ ਦੇ ਨਾਲੋ ਨਾਲ ਤੁਰਦਾ ਰਹੇਗਾ, ਜਿੱਥੇ ਜਿੱਥੇ ਕਿਸਾਨ ਜਾਵਣਗੇ ਉੱਥੇ ਉੱਥੇ ਉਹ ਨਾਲ ਨਾਲ ਜਾਵਣਗੇ। ਖੈਰ, ਕੀ ਹੁੰਦੇ ਕੀ ਹਾਲਾਤ ਬਣਦੇ ਨੇ ਦੱਸਦੇ ਰਹਾਂਗੇ, ਬਣੇ ਰਹੋ ਵਨ ਇੰਡੀਆ ਪੰਜਾਬੀ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।